ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ ਸੰਗਤ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਬਿਰਤਾਂਤ ਅੱਗੇ ਵਧਾਉਂਦੇ ਹੋਏ ਬਾਬਾ ਸ਼੍ਰੀ ਚੰਦ ਜੀ ਪਾਸੋਂ ਚੱਲ ਕੇ ਗੁਰੂ ਜੀ ਨੇ ਸ੍ਰੀ ਗੁਰਦਿੱਤਾ ਜੀ ਨੂੰ ਆਗਿਆ ਕੀਤੀ ਕਿ ਬੁੱਧਨ ਸ਼ਾ ਫਕੀਰ ਬਿਆਸਾ ਨਦੀ ਤੋਂ ਪਾਰ ਇੱਕ ਪਹਾੜੀ ਉੱਤੇ ਬੜੇ ਚਿਰ ਤੋਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਪਾਸ ਗਏ ਸਨ ਤੁਹਾਡੀ ਉਡੀਕ ਕਰ ਰਿਹਾ ਹੈ ਆਪ ਜੀ ਉਸ ਪਾਸ ਜਾ ਕੇ ਉਸ ਦੀ ਇੱਛਾ ਪੂਰੀ ਕਰੋ ਅਤੇ ਫਿਰ ਕੋਈ ਚੰਗੀ ਜਗ੍ਹਾ ਵੇਖ ਕੇ ਉੱਥੇ ਆਪਣਾ ਨਿਵਾਸ ਵਾਸਤੇ ਇੱਕ ਪਿੰਡ ਬਸਾਉਣਾ ਤਦ ਸ੍ਰੀ ਗੁਰੂ ਦਿੱਤਾ ਜੀ ਨੇ ਪੁੱਛਿਆ ਮਹਾਰਾਜ ਸਾਈ ਬੁੱਢਣ ਸ਼ਾ ਇਤਨੇ ਲੰਮੇ ਸਮੇਂ ਤੋਂ ਉੱਥੇ ਬੈਠਾ ਮੇਰੀ ਉਡੀਕ ਕਿਉਂ ਕਰ ਰਿਹਾ ਹੈ ਗੁਰੂ ਜੀ ਨੇ ਦੱਸਿਆ ਕਿ ਇੱਕ ਸਮੇਂ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਸਾਈ ਬਾਸ ਗਏ ਉਸ ਪਾਸ ਬਹੁਤ ਬੱਕਰੀਆਂ ਸਨ ਇਨ੍ਹਾਂ ਬੱਕਰੀਆਂ ਦੀ ਰਾਖੀ ਇੱਕ shear ਕਰਦਾ ਸੀ ਸਾਈਂ ਜੀ ਨੇ ਬੱਕਰੀਆਂ ਦਾ ਦੁੱਧ ਚੋ ਕੇ ਗੁਰੂ ਜੀ ਨੂੰ ਪੇਸ਼ ਕੀਤਾ ਅਤੇ ਪੁੱਛਿਆ ਕਿ ਸੰਤ ਜੀ ਤੁਹਾਡਾ ਨਾਮ ਕੀ ਹੈ ਤਦ ਭਾਈ ਮਰਦਾਨੇ ਨੇ ਦੱਸਿਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜਿਸ ਨੂੰ ਇਹ ਉਪਦੇਸ਼ ਦੇਣਾ ਚਾਹਣ ਉਸ ਦੇ ਪਾਸ ਆਪ ਹੀ ਪਹੁੰਚ ਜਾਂਦੇ ਹਨ ਬੁੱਢਾ ਨਾ ਸ਼ਾਹ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਕਿਹਾ ਸੰਤ ਜੀ ਤੋ ਸਾਂ ਮੈਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਇਸ ਨਾਲ ਮੈਨੂੰ ਆਪਣੇ ਤਪ ਦਾ ਫਲ ਮਿਲ ਗਿਆ ਹੈ ਗੁਰੂ ਜੀ ਨੇ ਕਿਹਾ ਸਾਈ ਜੀ ਆਪਣੇ ਸਰੀਰ ਦਾ ਹੰਕਾਰ ਤਿਆਗ ਕੇ ਇੱਕ ਮਨ ਹੋ ਕੇ ਸਤਨਾਮ ਦਾ ਸਿਮਰਨ ਕਰੋ ਇਹ ਹੀ ਮੁਕਤੀ ਦਾ ਸਾਧਨ ਹੈ ਗੁਰੂ ਜੀ ਨੇ ਇਸ ਬਚਨ ਨਾਲ ਬੁੱਢਣ ਸ਼ਾਹ ਦੀ ਸਮਾਦੀ ਲੱਗ ਗਈ ਜਦ ਦੋ ਪੈਰ ਬੀਤ ਗਏ ਤਾਂ ਭਾਈ ਬਾਲੇ ਨੇ ਬੁੱਢਣ ਸ਼ਾਹ ਨੂੰ ਜਗਾਇਆ ਬੁੱਢਣ ਸ਼ਾਹ ਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਕਿਹਾ ਤੁਹਾਡੀ ਕਿਰਪਾ ਨਾਲ ਹੀ ਮੇਰਾ ਮਨ ਟਿਕਿਆ ਹੈ ਮੈਨੂੰ ਸਦਾ ਆਪਣੇ ਨਾਲ ਹੀ ਰੱਖੋ ਗੁਰੂ ਜੀ ਨੇ ਬਚਨ ਕੀਤਾ ਸਾਈ ਜੀ ਜਦ ਸਾਡਾ 6ਵਾਂ ਰੂਪ ਆਏਗਾ ਤਾਂ ਤੁਹਾਡਾ ਸਰੀਰ ਛੁੱਟੇਗਾ ਬੁੱਧਨ ਸ਼ਾਹ ਜੀ ਨੇ ਪੁੱਛਿਆ ਸੰਤ ਜੀ ਮੈਨੂੰ ਤੁਹਾਡੇ 6ਵੇਂ ਸਰੂਪ ਧਾਰਨ ਦਾ ਕਿਸ ਤਰ੍ਹਾਂ ਪਤਾ ਲੱਗੇਗਾ ਗੁਰੂ ਜੀ ਨੇ ਦੱਸਿਆ ਕਿ ਸਾਡੇ 6ਵੇਂ ਜਾਮੇ ਦਾ ਇੱਕ ਪੁੱਤਰ ਜਦ ਤੁਹਾਡੇ ਪਾਸ ਆਣ ਕੇ ਦੁੱਧ ਮੰਗੇਗਾ ਤਾਂ ਤੁਸੀਂ ਸਮਝ ਲੈਣਾ ਕਿ ਸਾਡਾ ਛੇਵਾਂ ਸਰੂਪ ਪ੍ਰਗਟ ਹੋ ਗਿਆ ਹੈ ਇਹ ਵਾਰਤਲਾਪ ਕਰਕੇ ਗੁਰੂ ਜੀ ਉਥੋਂ ਅੱਗੇ ਨੂੰ ਤੁਰ ਪਏ ਅਤੇ ਬੁੱਢਣ ਸਾਹ ਛੇਵੇਂ ਗੁਰੂ ਦੇ ਸਰੂਪ ਦਾ ਧਿਆਨ ਕਰਕੇ ਗੁਰੂ ਗੁਰੂ ਜਪਣ ਲੱਗਾ ਇਤਨੀ ਵਾਰਤਾ ਦੱਸ ਕੇ ਗੁਰੂ ਜੀ ਨੇ ਕਿਹਾ ਜਾਓ ਪਹਿਲਾਂ ਸਾਈਂ ਜੀ ਨੂੰ ਮਿਲ ਕੇ ਫਿਰ ਉਹਨਾਂ ਦੀ ਸਲਾਹ ਨਾਲ ਆਪਣਾ ਇੱਕ ਨਗਰ ਵਸਾਉਣਾ ਗੁਰੂ ਜੀ ਦੀ ਆਗਿਆ ਅਨੁਸਾਰ ਜਿਸ ਸਮੇਂ ਸ੍ਰੀ ਗੁਰਦਿੱਤਾ ਜੀ ਸਾਈਂ ਬੁੱਢਣ ਸਾਹ ਪਾਸ ਗਏ ਉਸ ਸਮੇਂ ਸਾਈ ਜੀ ਆਪਣੇ ਆਤਮ ਧਿਆਨ ਵਿੱਚ ਲੀਨ ਸੀ। ਸ਼੍ਰੀ ਗੁਰਦਿੱਤਾ ਜੀ ਨੇ ਆਵਾਜ਼ ਦੇ ਕੇ ਆਖਿਆ, ਸਾਈ ਜੀ ਉੱਠ ਕੇ ਸਾਡਾ ਦੁੱਧ ਦਿਓ। ਮੈਨੂੰ ਬਹੁਤ ਭੁੱਖ ਪਿਆਸ ਲੱਗੀ ਹੋਈ ਹੈ। ਇਹ ਆਵਾਜ਼ ਸੁਣ ਕੇ ਬਾਬਾ ਬੁੱਢਣ ਸਾਹ ਨੇ ਉੱਠ ਕੇ ਪਹਿਲਾਂ ਸਹਬਜ਼ਾਦੇ ਨੂੰ ਨਮਸਕਾਰ ਕੀਤੀ ਅਤੇ ਫਿਰ ਬੱਕਰੀਆਂ ਦੇ ਦੁੱਧ ਦਾ ਕਟੋਰਾ ਭਰ ਕੇ ਦਿੱਤਾ। ਉਪਰੰਤ ਬੇਨਤੀ ਕੀਤੀ ਕਿ ਮੈਂ ਗੁਰੂ ਜੀ ਦੇ ਪਹਿਲੇ ਸਰੂਪ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਤਦ ਸ਼੍ਰੀ ਗੁਰਦਿੱਤਾ ਜੀ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਵਿੱਚ ਬੁੱਧਨ ਸ਼ਾਹ ਨੂੰ ਦਰਸ਼ਨ ਦਿੱਤੇ ਜਿਸ ਨੂੰ ਵੇਖ ਕੇ ਬੁੱਧਨ ਸ਼ਾਹ ਨੇ પ્રસੰਤਾ ਨਾਲ ਨਮਸਕਾਰ ਕਰਕੇ ਆਪਣੇ ਧੰਨ ਭਾਗ ਆਖੇ ਫਿਰ ਸ਼੍ਰੀ ਗੁਰਦਿੱਤਾ ਜੀ ਨੇ ਕਿਹਾ ਸਾਈ ਜੀ ਅਸੀਂ ਇੱਥੇ ਆਪਣਾ ਇੱਕ ਨਗਰ ਵਸਾਉਣਾ ਚਾਹੁੰਦੇ ਹਾਂ ਆਪ ਕਿਰਪਾ ਕਰਕੇ ਸਾਨੂੰ ਉਹ ਜਗ੍ਹਾ ਦੱਸੋ ਜਿਹੜੀ ਨਗਰ ਵਾਸਤੇ ਚੰਗੀ ਹੋਵੇ ਤਦ ਸਾਈ ਜੀ ਨੇ ਕਿਹਾ ਇਸ ਪਹਾੜੀ ھیਠਾਂ ਜਗ੍ਹਾ ਚੰਗੀ ਹੈ ਇੱਥੇ ਨਗਰ ਵਸਾ ਲਵੋ ਸਾਈਂ ਜੀ ਦੇ ਇਸ਼ਾਰੇ ਨਾਲ ਸ਼੍ਰੀ ਗੁਰਦਿੱਤਾ ਜੀ ਨੇ ਸੰਮਤ 1683 ਵਿੱਚ ਪਹਾੜ ਦੇ ਹੇਠਾਂ ਇੱਕ ਖੁੱਲੀ ਥਾਂ ਵੇਖ ਕੇ ਨਗਰ ਦੀ ਨੀਂਹ ਰੱਖ ਦਿੱਤੀ ਅਤੇ ਉਸਾਰੀ ਦਾ ਕੰਮ ਆਰੰਭ ਕਰ ਦਿੱਤਾ ਥੋੜੇ ਸਮੇਂ ਵਿੱਚ ਹੀ ਆਪਣੇ ਵਾਸਤੇ ਮਕਾਨ ਤਿਆਰ ਕਰਵਾ ਕੇ ਸ਼੍ਰੀ ਗੁਰਦਿੱਤਾ ਜੀ ਨੇ ਆਪਣੀ ਪਤਨੀ ਨਤੀ ਅਤੇ ਸੁਪੁੱਤਰ ਧੀਰਮਲ ਸਹਿਤ ਉੱਥੇ ਨਿਵਾਸ ਕਰ ਲਿਆ ਨਗਰ ਦਾ ਨਾਮ ਸ਼੍ਰੀ ਗੁਰਦਿੱਤਾ ਜੀ ਦੇ ਨਾਮ ਤੇ ਕੀਰਤਪੁਰ ਰੱਖਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ